ਮੇਰਾ ਗੁਰੂ ਰਾਣਾ ਹੈ। ਗੌਰਵ ਰਾਣਾ ਕੀ ਖੇਡਦਾ ਸੀਗਾ ਤੂੰ, ਕਿਵੇਂ ਤੈਨੂੰ ਪਤਾ ਲੱਗਿਆ ਵੀ ਖੇਡਣਾ ਚਾਹੀਦਾ, ਸਿੱਖਿਆ ਕਿੱਦਾਂ? ਮੈਂ ਡ੍ਰੀਮ 11 ਖੇਡਦਾ ਜੀ, ਮੈਂ ਇੱਦਾਂ ਹੀ ਟੀਮ ਲਾ ਦਿੰਦਾ ਸੀ। ਕੱਲ੍ਹ ਮੈਂ ਥੋੜ੍ਹਾ ਜਿਹਾ ਸੋਚਿਆ ਫਿਰ ਲਾ ਕੇ ਦਿੰਦਾ ਜੀ, ਫਿਰ ਚੱਲ ਨੌਲੇਜ ਸੀ ਤੈਨੂੰ, ਨੌਲੇਜ ਸੀ ਬੇਸਿਕ। ਕਿਹੜੀ ਕਿਆ ਟੀਮ ਨਾਲ ਤੇ ਹਾਂਜੀ ਕਿਆ ਖੇਡਣਾ, ਟੀਮ ਬਸ ਟੀਮ ਬਣਾਉਂਦੇ ਜੀ, ਕਿੱਦਾਂ ਬਣਾਉਂਦੇ ਜੀ, ਕਿੱਦਾਂ ਬਣਾਉਂਦੇ ਜੀ, ਪਲੇਅਰ ਸਿਲੈਕਟ ਕਰਨੇ ਹੁੰਦੇ ਜੀ, ਉਸ ਉਹ ਕੀਤੀ ਸਿਲੈਕਟ ਕਿੰਨੀ ਦੇਰ ਤੋਂ ਖੇਡਦੇ ਹੋ ਤੁਸੀਂ? 10-12 ਦਿਨ ਹੋਏ। ਅੱਛਾ, 10-12 ਦਿਨ ਤੁਸੀਂ ਕੀਤੀ? ਹਾਂਜੀ। ਤੇ ਹੁਣ ਕਿੰਨੇ ਪੈਸੇ ਜਿੱਤੇ? ਹੁਣ 3 ਕਰੋੜ ਜਿੱਤੇ। ਕਿਹੜੀ ਕਲਾਸ ਪੜ੍ਹਦਾ? ਮੈਂ +2 ਤੋਂ ਹੋਇਆ। ਕਿੱਦਾਂ ਲੱਗ ਰਿਹਾ? ਬਸ ਵਧੀਆ, ਛੋਟੀ ਉਮਰ, ਛੋਟੀ ਉਮਰ 'ਚ ਬਸ ਵਧੀਆ ਜੀ, ਕਰੋੜਪਤੀ ਬਣ ਗਿਆ? ਹਾਂਜੀ ਜੀ। ਮੈਂ ਸੋਚ ਨਹੀਂ ਸਕਦਾ ਕਦੀ ਵੀ ਕਿ ਕਿਆ ਹੋਣਾ ਕਿਆ ਨਹੀਂ, ਅਤੇ ਬਸ ਮਨ ਤੁਹਾਨੂੰ ਇਹੀ ਫੀਲਿੰਗ ਹੁੰਦੀ ਵੀ ਇਹ ਹੋਇਆ ਤਾਂ ਹੋਇਆ ਕਿਆ ਜੀ, ਅਤੇ ਬਹੁਤ ਚੰਗਾ ਲੱਗ ਰਿਹਾ ਜੀ ਜੋ ਹੋ ਰਿਹਾ, ਠੀਕ ਹੋ ਰਿਹਾ, ਬਹੁਤ ਵਧੀਆ ਲੱਗ ਰਿਹਾ ਜੀ। ਟੀਮ ਬਾਰੇ ਤੁਹਾਨੂੰ ਪਤਾ ਸੀ ਵੀ ਬੱਚੇ ਕਿਆ ਖੇਡਦੇ ਆ, ਟੀਮ ਕਿਆ ਹੁੰਦੀ ਹੈ ਪਹਿਲਾਂ ਪੜ੍ਹਦੇ ਤੁਸੀਂ? ਨਹੀਂ, ਮੈਨੂੰ ਇੰਨਾ ਨਹੀਂ ਪਤਾ ਸੀਗਾ, ਮੈਨੂੰ ਥੋੜ੍ਹਾ ਹੀ ਪਤਾ ਸੀਗਾ ਵੀ ਕੋਈ ਲਾਉਂਦੇ ਆ ਟੀਮ ਵਗੈਰਾ। ਮੈਂ ਬੱਚੇ ਨੂੰ ਬੋਲਿਆ ਅਤੇ ਕਹਿੰਦਾ ਡੈਡੀ ਟੀਮ ਲਾਉਣੀ, ਮੈਂ ਕਿਹਾ ਲਾ ਦੇ ਕਰ ਤੂੰ ਜੋ ਲਾਉਣੀ ਹੈ, ਅਤੇ ਔਰ ਮੈਨੂੰ ਕੁਛ ਨਹੀਂ ਪਤਾ। ਬੱਚੇ ਦਾ ਨਾਮ ਕੀ ਹੈ? ਬੱਚੇ ਦਾ ਗੌਰਵ ਰਾਣਾ ਜੀ। ਕਿਹੜੀ ਕਲਾਸ ਪੜ੍ਹਦਾ? ਇਹ +2 ਪੜ੍ਹਦਾ। ਤੇ ਹੁਣ ਇਹ ਕਿੰਨੇ ਪੈਸੇ ਦਿੱਤੇ ਤੇ ਕਿਹੜੀ ਟੀਮ ਖੇਡਦਾ ਸੀਗਾ, ਹੁਣ ਘਰ ਦਾ ਮਾਹੌਲ ਕਿੱਦਾਂ ਦਾ? ਸਾਡਾ ਘਰ ਦਾ ਖੁਸ਼ੀ ਦਾ ਮਾਹੌਲ ਹੈ ਜੀ, ਵੈਸੇ ਸਾਰੇ ਬੜੇ ਖੁਸ਼ ਹੋ ਰਹੇ।